ਆਪੋਜ਼ਿਟ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਰੋਕ ਕੇ ਪਿੱਛੇ ਬੈਕ ਕਰਨ ਲੱਗੇ ਤਾਂ ਉਹਦੇ ਵਿੱਚੋਂ ਦੋ ਵਿਅਕਤੀ ਜਿਹੜੇ ਸਵਾਰ ਸੀਗੇ ਉਹਨਾਂ ਜਿਨ੍ਹਾਂ ਦੇ ਵਿੱਚੋਂ ਇੱਕ ਲਖਵਿੰਦਰ ਸਿੰਘ ਕਾਬੂ ਕਰ ਲਿਆ ਉਹਦੇ ਨਾਲ ਦੀ ਸੀਟ ਵਾਲਾ ਸੀ ਉਹ ਉੱਥੋਂ ਆਪਣੀ ਬਾਰੀ ਖੋਲ੍ਹ ਕੇ ਸਲਿੱਪ ਕਰ ਗਿਆ ਉੱਥੋਂ ਭੱਜ ਗਿਆ। ਤਾਂ ਪੁਲਿਸ ਪਾਰਟੀ ਨੇ ਜਦੋਂ ਕਾਰ ਦੀ ਸਰਚ ਕੀਤੀ ਤਾਂ ਉਹਦੇ 'ਚੋਂ 7 ਬੋਰੀਆਂ ਕੁੱਕੀ ਦੀਆਂ ਬਰਾਮਦ ਹੋਈਆਂ। ਇਹਦਾ ਜਿਹੜਾ ਦੂਸਰਾ ਸਾਥੀ ਸੀਗਾ ਉਹ ਗਗਨਦੀਪ ਸਿੰਘ ਜਿਹੜਾ ਮੌਕੇ ਤੋਂ ਭੱਜ ਗਿਆ ਸੀਗਾ ਉਸ ਦੀ ਭਾਲ ਜਾਰੀ ਹੈ। ਵੀ ਇਹਨਾਂ ਦੇ ਕੌਣ ਕੌਣ ਹੋਰ ਸਾਥੀ ਨੇ, ਕਿਹਨੂੰ ਅੱਗੇ ਸਪਲਾਈ ਕਰਦੇ ਨੇ ਅਤੇ ਕਿੱਥੋਂ ਲੈ ਕੇ ਆਉਂਦੇ ਨੇ, ਜਿਹੜੀ ਇਹ ਕਾਰ ਹੈ ਇਹਦੇ ਵੀ ਅਸੀਂ ਇਹਦੀ ਸਾਰਾ ਪਤਾ ਕਰਾਂਗੇ ਵੀ ਇਹਦੀ ਮਾਲਕੀ ਕਿਹਦੀ ਕਾਰ ਹੈ। ਮਾਣਯੋਗ ਸਾਡੇ SSP ਸਾਹਿਬ ਸ਼੍ਰੀ ਮਨਦੀਪ ਸਿੰਘ ਸਿੱਧੂ ਜੀ ਵੱਲੋਂ ਨਸ਼ੇ ਦੇ ਸਮੱਗਲਰਾਂ ਖਿਲਾਫ਼ ਜਿਹੜੀ ਚਲਾਈ ਗਈ ਮੁਹਿੰਮ ਦੇ ਅਨੁਸਾਰ ਕੱਲ੍ਹ 26 ਤਰੀਕ ਨੂੰ ਸਾਡੇ ਸਿਟੀ ਵਨ ਸੰਗਰੂਰ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਜੋ ਥਾਣੇਦਾਰ ਜਗਸ਼ੀਰ ਸਿੰਘ ਸਿਟੀ ਵਨ ਨੇ ਉੱਬੇਵਾਲ ਪੁਲਿਸ ਸੂਆ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਆਪੋਜ਼ਿਟ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਗੱਡੀ ਰੋਕ ਕੇ ਪਿੱਛੇ ਬੈਕ ਕਰਨ ਲੱਗੇ ਤਾਂ ਸਾਡੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ। ਕਾਬੂ ਕਰਕੇ ਉਹਦੇ ਵਿੱਚੋਂ ਦੋ ਵਿਅਕਤੀ ਜਿਹੜੇ ਸਵਾਰ ਸੀਗੇ ਉਹਨਾਂ ਜਿਨ੍ਹਾਂ ਦੇ ਵਿੱਚੋਂ ਇੱਕ ਲਖਵਿੰਦਰ ਸਿੰਘ ਉਰਫ ਲੱਖੀ ਨਾਂ ਦਾ ਵਿਅਕਤੀ ਸੀਗਾ ਜਿਸ ਨੂੰ ਕਾਬੂ ਕਰ ਲਿਆ। ਉਹਦੇ ਨਾਲ ਦੀ ਸੀਟ ਵਾਲਾ ਸੀ ਉਹ ਉੱਥੋਂ ਆਪਣੀ ਬਾਰੀ ਖੋਲ੍ਹ ਕੇ ਸਲਿੱਪ ਕਰ ਗਿਆ ਉੱਥੋਂ ਭੱਜ ਗਿਆ। ਤਾਂ ਪੁਲਿਸ ਪਾਰਟੀ ਨੇ ਜਦੋਂ ਕਾਰ ਦੀ ਸਰਚ ਕੀਤੀ ਤਾਂ ਉਹਦੇ 'ਚੋਂ 7 ਬੋਰੀਆਂ ਕੁੱਕੀ ਦੀਆਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਬਾਅਦ 'ਚ ਤੋਲਿਆ ਗਿਆ ਅਤੇ ਉਹਨਾਂ ਦੀ ਕੁੱਲ 70 ਕਿਲੋ ਜਿਹੜੀ ਸੀਗੀ ਭੁੱਖੀ ਨਜਾਇਜ਼ ਉਹਨਾਂ ਨੇ ਆਪਣੇ ਕਬਜ਼ੇ 'ਚ ਰੱਖੀ ਹੋਈ ਸੀ। ਮੌਕੇ 'ਤੇ ਜਿਹੜਾ ਲਖਵਿੰਦਰ ਸਿੰਘ ਲੱਖੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 106 ਥਾਣਾ ਸਿਟੀ 1 ਸੰਗਰੂਰ ਦਰਜ ਰਜਿਸਟਰ ਕੀਤਾ ਗਿਆ NDP ਸੈਕਟ ਦੇ ਤਹਿਤ। ਇਹਦਾ ਜਿਹੜਾ ਦੂਸਰਾ ਸਾਥੀ ਸੀਗਾ ਉਹ ਗਗਨਦੀਪ ਸਿੰਘ ਜਿਹੜਾ ਮੌਕੇ ਤੋਂ ਭੱਜ ਗਿਆ ਸੀਗਾ ਉਸ ਦੀ ਭਾਲ ਜਾਰੀ ਹੈ। ਇਹ ਵਿਅਕਤੀ ਜਿਹੜਾ ਲਖਵਿੰਦਰ ਲੱਖਾ ਹੈ ਜਿਹੜਾ ਸਾਡੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਇਹ 'ਤੇ ਪਹਿਲਾਂ ਵੀ ਭੁੱਖੀ ਦੇ ਇੱਕ ਮੁਕੱਦਮਾ ਦਰਜ ਹੈ ਥਾਣੇ ਧਰਮਗੜ੍ਹ ਦੇ 40 ਕਿਲੋ ਭੁੱਖੀ ਲਿਆਇਆ ਸੀ। ਇੱਕ ਇਸੇ ਤਰ੍ਹਾਂ ਹੀ ਇੱਥੇ ਇੱਕ ਐਕਸਾਈਜ਼ ਦਾ ਮੁਕੱਦਮਾ ਵੀ ਦਰਜ ਆ। ਬਾਕੀ ਅਸੀਂ ਜਿਹੜੀ ਇਹਨਾਂ ਦੀ ਇਹ ਕਿੱਥੋਂ ਲੈ ਕੇ ਆਏ ਸੀਗੇ ਕਿਹਨੂੰ ਅੱਗੇ ਦੇਣੀ ਸੀਗੀ ਉਹ ਅਸੀਂ ਦੀ ਤਫਤੀਸ਼ ਅਸੀਂ ਇਹ ਕਾਫੀ ਦੇਰ ਤੋਂ ਕਰਦਾ ਆ ਰਿਹਾ ਜਿਵੇਂ ਪਹਿਲਾਂ ਹੀ ਇਹਦੇ 'ਤੇ ਦੋ ਮੁਕੱਦਮੇ ਦਰਜ ਨੇ ਉਹ ਹਜੇ ਅਸੀਂ ਬਰੀਕੀ ਨਾਲ ਇਹਦੀ ਤਫਤੀਸ਼ ਕਰਾਂਗੇ ਅਤੇ ਉਹਦੇ ਵਿੱਚ ਕਿੱਥੋਂ ਲੈ ਕੇ ਆ ਰਹੇ ਸੀ ਇਹ ਵੀ ਹਜੇ ਅਸੀਂ ਤਫਤੀਸ਼ ਦੇ ਵਿੱਚ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਵਾਂਗੇ। ਇਹਦੇ ਬੈਕਵਰਡ ਲਿੰਕ ਕਿੱਥੇ ਹੈਗੇ ਨੇ ਉਹ ਵੀ ਪਤਾ ਕਰਕੇ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕਰਾਂਗੇ। ਸਰ ਇਹਦੇ ਵਿੱਚ ਕੋਈ ਹੋਰ ਵੀ ਬੰਦੇ ਇਨਵੋਲਵ ਹੋਣ ਦੀ ਸੰਭਾਵਨਾ ਹੈ? ਉਹੀ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਹਜੇ ਇਹਨਾਂ ਦੀ ਹੁਣ ਰਿਮਾਂਡ ਲਵਾਂਗੇ, ਪੁਲਿਸ ਰਿਮਾਂਡ ਲੈ ਕੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਜੋ ਸਾਹਮਣੇ ਆਊਗੀ ਵੀ ਇਹਨਾਂ ਦੇ ਕੌਣ ਕੌਣ ਹੋਰ ਸਾਥੀ ਨੇ, ਕਿਹਨੂੰ ਅੱਗੇ ਸਪਲਾਈ ਕਰਦੇ ਨੇ ਅਤੇ ਕਿੱਥੋਂ ਲੈ ਕੇ ਆਉਂਦੇ ਨੇ, ਜਿਹੜੀ ਇਹ ਕਾਰ ਹੈ ਇਹਦੇ ਵੀ ਅਸੀਂ ਇਹਦੀ ਸਾਰਾ ਪਤਾ ਕਰਾਂਗੇ ਵੀ ਇਹਦੀ ਮਾਲਕੀ ਕਿਹਦੀ ਕਾਰ ਹੈ, ਉਹ ਸਾਰਾ ਅਸੀਂ ਇਹਦੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਅਸੀਂ ਫਿਰ ਅਗਲੀ ਤਰੀਕ ਕਰਾਂਗੇ।